ਸਤਿ ਸ਼੍ਰੀ ਅਕਾਲ ਦੋਸਤੋ। ਕਰੋਨਾ ਇੱਕ ਅਜਿਹਾ ਨਾਂ ਜਿਸਨੇ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਬਹੁਤ ਔਖਾ ਕਰ ਰੱਖਿਆ ਹੈ, ਆਓ ਉਸ ਬਾਰੇ ਸੰਖੇਪ 'ਚ ਚਰਚਾ ਕਰੀਏ। ਕਰੋਨਾ ਨਾਂ ਦਾ ਵਾਇਰਸ ਇੱਕ ਤਰ੍ਹਾਂ ਦਾ ਵਿਸ਼ਾਣੂਆਂ ਦਾ ਇੱਕ ਪਰਿਵਾਰ ਹੈ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਜ਼ੁਕਾਮ, ਖੰਘ, ਬੁਖਾਰ, ਸਾਹ ਚੜ੍ਹਨਾ ਜਾਂ ਸਾਹ ਲੈਣਾ ਵਿੱਚ ਮੁਸ਼ਕਿਲ ਆਉਣਾ ਆਦਿ। WHO ਨੇ ਮਾਰਚ 2020 ਵਿੱਚ ਇਸ ਨੂੰ ਇੱਕ ਵਿਸ਼ਵ ਵਿਆਪੀ ਮਹਾਮਾਰੀ ਦਾ ਨਾਂ ਦਿੱਤਾ ਹੈ। WHO ਨੇ ਇਸ ਬਿਮਾਰੀ ਨੂੰ ਰੋਕਣ ਲਈ ਅਤੇ ਇਲਾਜ ਲਈ ਕੁਝ ਸਿਫਾਰਿਸ਼ਾਂ ਵੀ ਜਾਰੀ ਕੀਤੀਆਂ ਹਨ। ਆਓ ਪਹਿਲਾਂ ਇਹ ਸਮਝੀਏ ਕਿ ਕਿਸ ਤਰ੍ਹਾਂ ਦੇ ਉਹ ਲੱਛਣ ਹਨ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ ਸਾਡਾ ਸਰੀਰ ਉਸ ਵਾਇਰਸ ਦੇ ਨਾਲ ਅਫੈਕਟਿਡ, ਪ੍ਰਭਾਵਿਤ ਹੋ ਚੁੱਕਿਆ ਹੈ। ਇਹਦੇ ਕੁਝ ਲੱਛਣ ਕੁਝ ਇਸ ਪ੍ਰਕਾਰ ਹਨ, ਜਿਵੇਂ ਕਿ ਬੁਖਾਰ, ਖੰਘ, ਸਾਹ ਚੜ੍ਹਨਾ ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਣਾ, ਥਕਾਵਟ ਹੋਣਾ, ਦਰਦ ਹੋਣਾ, ਵਗਦਾ ਹੋਇਆ ਨੱਕ, ਗਲੇ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਆ ਜਾਣਾ, ਗਲੇ 'ਚ ਖਰਾਸ਼ ਆ ਜਾਣਾ ਆਦਿ। ਜਦੋਂ ਅਸੀਂ ਲੱਛਣਾਂ ਦੀ ਗੱਲ ਕਰਦੇ ਹਾਂ ਤਾਂ ਪ੍ਰਭਾਵਿਤ ਤਾਂ ਜਿਹੜੇ ਕਰੋਨਾ ਦੇ ਵਿਸ਼ਾਣੂ ਪ੍ਰਭਾਵਿਤ ਕਿਸੇ ਨੂੰ ਵੀ ਕਰ ਸਕਦੇ ਹਾਂ, ਪਰ ਉਹਨਾਂ ਨੂੰ ਪ੍ਰਭਾਵਿਤ ਬਹੁਤ ਜ਼ਿਆਦਾ ਕਰਦੇ ਹਾਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੋਵੇ, ਬਜ਼ੁਰਗ ਹੋਣ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ ਜਾਂ ਉਹਨਾਂ ਦੇ ਫੇਫੜਿਆਂ 'ਚ ਕਿਸੇ ਤਰ੍ਹਾਂ ਦੀ ਬਿਮਾਰੀ ਚੱਲਦੀ ਹੋਵੇ ਜਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੈਸੇ ਤਕਲੀਫ ਹੋਵੇ ਜਾਂ ਸ਼ੂਗਰ ਦੀ ਬਿਮਾਰੀ ਹੋਵੇ, ਤਾਂ ਇਹੋ ਜਿਹੇ ਲੋਕਾਂ ਨੂੰ ਇਹਦੇ ਵਿਸ਼ਾਣੂ ਜਲਦੀ ਪ੍ਰਭਾਵਿਤ ਕਰਦੇ ਹਾਂ। ਅਤੇ ਅੱਜ ਕੱਲ੍ਹ ਵਟਸਐਪ ਦਾ ਜ਼ਮਾਨਾ ਹੈ, ਫੇਸਬੁੱਕ ਦਾ ਜ਼ਮਾਨਾ ਹੈ, ਅਤੇ ਸਾਡੇ ਕੋਲ ਬਹੁਤ ਜਾਣਕਾਰੀ ਜਿਹੜੀ ਹੈ ਉਹ ਇਹਨਾਂ ਮਾਧਿਅਮਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦੀ ਹੈ। ਅਤੇ ਅਜਿਹੀਆਂ ਬਹੁਤ ਸਾਰੀਆਂ ਅਫਵਾਹਾਂ ਵੀ ਸਾਡੇ ਕੋਲ ਆਉਂਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਸੱਚ ਹਨ ਜਾਂ ਝੂਠ ਹਨ। ਸੋ ਕੁਝ ਅਫਵਾਹਾਂ ਦਾ ਅਸੀਂ ਜ਼ਿਕਰ ਇੱਥੇ ਕਰਦੇ ਹਾਂ। ਇੱਕ ਅਫਵਾਹ ਹੈਗੀ ਹੈ ਕਿ ਲੋਕ ਕਹਿੰਦੇ ਨੇ ਕਿ ਲਿਖਿਆ ਆਉਂਦਾ ਸਾਡੇ ਕੋਲ ਵੀ ਜੇ ਅਸੀਂ ਲਸਣ ਨੂੰ ਚਾਹੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਜੇ ਅਸੀਂ ਲੈਂਦੇ ਹਾਂ ਤਾਂ ਉਹਦੇ ਨਾਲ ਇਹ ਬਿਮਾਰੀ ਦੂਰ ਹੋ ਜਾਂਦੀ ਹੈ। ਲਸਣ ਕੋਈ ਵੀ ਜੇ ਅਸੀਂ ਛੋਟੇ ਛੋਟੇ ਜੀਵ ਜੰਤੂ ਜਿਹੜੇ ਮਾਈਕਰੋ ਔਰਗੈਨਿਜ਼ਮ ਅਸੀਂ ਕਹਿੰਦੇ ਹਾਂ ਉਹਨਾਂ ਵਾਸਤੇ ਸਹੀ ਜ਼ਰੂਰ ਸਾਬਤ ਹੁੰਦੀ ਹੈ, ਪਰ ਇਸ ਤੋਂ ਅਸੀਂ ਇਹ ਨਹੀਂ ਕਹਿ ਸਕਦੇ, ਇਹ ਨਤੀਜਾ ਨਹੀਂ ਕੱਢ ਸਕਦੇ ਕਿ ਕਰੋਨਾ ਨਾਂ ਦਾ ਜਿਹੜਾ ਵਾਇਰਸ ਹੈ ਉਹ ਵੀ ਲਸਣ ਦੇ ਨਾਲ ਦੂਰ ਚੱਲ ਜਾਏਗਾ। ਅਤੇ ਇੱਕ ਇਸ ਦੇ ਬਾਰੇ ਵਾਰ ਵਾਰ ਆ ਰਿਹਾ ਵੀ ਇਸਦਾ ਇੰਜੈਕਸ਼ਨ ਜਾਂ ਟੀਕਾ ਬਣ ਚੁੱਕਿਆ ਜਾਂ ਦਵਾਈ ਆ ਚੁੱਕੀ ਹੈ, ਹਾਲੇ ਤੱਕ ਇਹਦੀ ਵੀ ਬਹੁਤ ਪ੍ਰੋਪਰ ਕੋਈ ਦਵਾਈ ਜਿਹੜੀ ਹੈਗੀ ਹੈ ਸਾਡੇ ਅੱਗੇ ਨਹੀਂ ਆਈ। ਅਤੇ ਇਸ ਬਾਰੇ ਜੋ ਵੀ ਕਿਹਾ ਜਾਂਦਾ ਉਹਨੂੰ ਅਸੀਂ ਪੂਰੀ ਤਰ੍ਹਾਂ ਸਹੀ ਨਹੀਂ ਮੰਨ ਸਕਦੇ। ਅਤੇ ਕਈ ਲੋਕ ਸੋਚਦੇ ਹੈ ਕਿ ਕਿਸੇ ਤਰ੍ਹਾਂ ਦੀ ਹੀਟ ਦੇ ਨਾਲ, ਹੁਣ ਅਲਟਰਾਵਾਇਲਟ ਜਿਹੜੀ ਇਹ ਲੈਂਪ ਹੁੰਦੇ ਹੈ ਜਾਂ ਗਰਮ ਪਾਣੀ ਨਾਲ ਨਹਾ ਕੇ ਜਾਂ ਧੁੱਪੇ ਬੈਠ ਕੇ ਅਸੀਂ ਇਸ ਕਰੋਨਾ ਵਾਇਰਸ ਨੂੰ ਦੂਰ ਭਜਾ ਸਕਦੇ ਹਾਂ। ਸੋ ਇਹ ਵੀ ਪੂਰੀ ਤਰ੍ਹਾਂ ਗਲਤ ਹੈ, ਇਸ ਨੂੰ ਵੀ ਅਸੀਂ ਅਫਵਾਹ ਹੀ ਮੰਨਦੇ ਹਾਂ ਕਿ ਇਹ ਪੂਰੀ ਤਰ੍ਹਾਂ ਇਹਦੇ ਵਿੱਚ ਸੱਚਾਈ ਨਹੀਂ ਹੈਗੀ। ਅਤੇ ਕਈ ਲੋਕ ਕਹਿੰਦੇ ਆ ਕਿ ਜੇ ਜਿਹੜਾ ਸਾਡਾ ਨੱਕ ਹੈ, ਨੱਕ ਨੂੰ ਅਸੀਂ ਪਾਣੀ ਦੇ ਵਿੱਚ ਡਬੋ ਲਈਏ ਅਤੇ ਉਸ ਪਾਣੀ ਦੇ ਵਿੱਚ ਨਮਕ ਨੂੰ ਪਹਿਲਾਂ ਤੋਂ ਘੋਲਿਆ ਹੋਇਆ ਹੋਵੇ ਅਤੇ ਉਹਦੇ ਨਾਲ ਅਸੀਂ ਇਸ ਬਿਮਾਰੀ ਨੂੰ ਦੂਰ ਭਜਾ ਸਕਦੇ ਹਾਂ, ਉਹ ਵੀ ਜਿਹੜਾ ਹੈ ਇਹ ਵੀ ਇੱਕ ਤਰ੍ਹਾਂ ਦਾ ਅਫਵਾਹ ਹੀ ਹੈ, ਇਸ ਨੂੰ ਵੀ ਅਸੀਂ ਠੀਕ ਨਹੀਂ ਮੰਨ ਸਕਦੇ। ਅਤੇ ਕਈ ਲੋਕ ਕਹਿੰਦੇ ਆ ਵੀ ਇੱਕ ਖਾਸ ਉਮਰ ਵਾਲੇ ਨੂੰ ਹੀ ਇਹ ਪ੍ਰਭਾਵਿਤ ਕਰਦੀ ਹੈ, ਇਹ ਕਿਸੇ ਵੀ ਉਮਰ ਵਾਲੇ ਨੂੰ ਅਟੈਕ ਕਿਸੇ 'ਤੇ ਵੀ ਕਰ ਸਕਦੀ ਹੈ, ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅਤੇ ਕਈ ਲੋਕ ਕਹਿੰਦੇ ਆ ਵੀ ਮੱਥੇ 'ਤੇ ਜਿਹੜਾ ਥਰਮਾਮੀਟਰ ਲਗਾਉਂਦੇ ਹਾਂ ਅਸੀਂ ਦੂਰੋਂ ਟੈਂਪਰੇਚਰ ਨੂੰ ਚੈੱਕ ਕਰਨ ਲਈ, ਤਾਪਮਾਨ ਦੇਖਣ ਵਾਸਤੇ, ਵੀ ਉਹਦੇ ਨਾਲ ਵੀ ਅਸੀਂ ਕਰੋਨਾ ਵਾਇਰਸ ਦਾ ਦੇਖ ਸਕਦੇ ਹਾਂ ਕਿ ਅਸੀਂ ਅਫੈਕਟਿਡ ਹੈਗੇ ਹਾਂ ਜਾਂ ਨਹੀਂ ਹੈਗੇ, ਪਰ ਇਹ ਵੀ ਬਿਲਕੁਲ ਗਲਤ ਹੈ। ਉਹ ਜਿਹੜਾ ਥਰਮਾਮੀਟਰ ਹੈ ਇਹ ਤਾਪਮਾਨ ਮਾਪਣ ਵਾਸਤੇ ਤਾਂ ਵਰਤਿਆ ਜਾ ਸਕਦਾ, ਪਰ ਉਹਦੇ ਨਾਲ ਇਹ ਨਹੀਂ ਪਤਾ ਲੱਗਦਾ ਕਿ ਕਰੋਨਾ ਵਾਇਰਸ ਨਾਲ ਅਸੀਂ ਅਫੈਕਟਿਡ ਹਾਂ ਜਾਂ ਨਹੀਂ ਹਾਂ। ਅਤੇ ਕਈ ਲੋਕ ਕਹਿੰਦੇ ਨੇ ਕਿ ਮੱਛਰਾਂ ਤੋਂ ਇਹ ਫੈਲਦਾ, ਸੋ ਇਹ ਵੀ ਗਲਤ ਧਾਰਨਾ ਹੈ, ਮੱਛਰਾਂ ਨਾਲ ਵੀ ਅਜਿਹਾ ਕੁਛ ਨਹੀਂ ਹੁੰਦਾ। ਅਤੇ ਬਹੁਤ ਲੋਕ ਕਹਿੰਦੇ ਆ ਕਿ ਮੌਸਮ ਬਦਲਣ ਦੇ ਨਾਲ ਜਿਹੜਾ ਹੈ ਇਹ ਖਤਮ ਹੋ ਜਾਏਗਾ ਜਾਂ ਤੇਜ਼ ਗਰਮੀ ਜਦੋਂ ਆਏਗੀ ਉਦੋਂ ਖਤਮ ਹੋ ਜਾਏਗਾ। ਇਹ ਆਮ ਕਿਹਾ ਜਾਂਦਾ ਕਿ ਕੋਈ ਵੀ ਵਾਇਰਸ ਜਿਹੜਾ ਹੈਗਾ ਜਦੋਂ ਅੱਤ ਦੀ ਗਰਮੀ ਹੁੰਦੀ ਹੈ ਉਹ ਖਤਮ ਹੋ ਜਾਂਦਾ, ਪਰ ਕਰੋਨਾ ਨਾਂ ਦੇ ਵਾਇਰਸ ਦਾ ਕੀ ਹੈ ਇਹਦੇ ਬਾਰੇ ਹਲੇ ਵਿਗਿਆਨਿਕ ਤੌਰ 'ਤੇ ਕੋਈ ਪੂਰੀ ਤਰ੍ਹਾਂ ਸਾਡੇ ਕੋਲ ਪੁਸ਼ਟੀ ਨਹੀਂ ਹੋਈ ਹੈ।
ਤੇ ਬਹੁਤ ਲੋਕ ਕਹਿੰਦੇ ਆ ਵੀ ਜਿਹੜੇ ਚੀਨ ਤੋਂ ਬਹੁਤ ਸਾਰੇ ਮਤਲਬ ਜਿਹੜਾ ਚੀਨ ਦੇਸ਼ ਹੈ, ਚੀਨ ਤੋਂ ਇਹ ਜਿਹੜਾ ਵਾਇਰਸ ਹੈ ਉਹ ਆਇਆ ਤੇ ਉਸ ਤੋਂ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਜਾਂ ਪਾਰਸਲ ਜਾਂ ਹੋਰ ਸਮੱਗਰੀ ਜਿਹੜੀ ਹੈ ਉਹਦੇ ਨਾਲ ਵੀ ਵਾਇਰਸ ਸਾਡੇ ਕੋਲ ਆ ਜਾਏਗਾ। ਸੋ ਇਹਨੂੰ ਵੀ ਅਸੀਂ ਪੂਰੀ ਤਰ੍ਹਾਂ ਠੀਕ ਨਹੀਂ ਮੰਨ ਸਕਦੇ। ਜਿਹੜੇ ਸਾਇੰਸਦਾਨ ਨੇ ਉਹ ਇਹ ਗੱਲ ਦੀ ਪੁਸ਼ਟੀ ਕਰਦੇ ਆ ਕਿ ਜਿਹੜਾ ਇਹ ਵਾਇਰਸ ਹੈ ਇਹ ਜਿਹੜੇ ਜੀਵ ਜੰਤੂ ਹੈ ਜਿਉਂਦੇ ਜੀਵ ਨੇ ਉਹਨਾਂ ਦੇ ਜ਼ਰੀਏ ਹੀ ਇਹ ਜਿਹੜਾ ਵਿਸ਼ਾਣੂ ਹੈ ਇਹ ਦੂਰ ਤੱਕ ਜਾਂਦਾ ਹੈ, ਪਰ ਜਿਹੜੀਆਂ ਨੋਨ ਲਿਵਿੰਗ ਜਿਹੜੀਆਂ ਨਹੀਂ ਜਿੰਦੀਆਂ ਜਾਗਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਜ਼ਰੀਏ ਇਹ ਵਾਇਰਸ ਜਿਹੜਾ ਹੈ ਇਹ ਬਹੁਤ ਦੂਰ ਤੱਕ ਨਹੀਂ ਜਾਂਦਾ। ਤੇ ਕਈ ਕਹਿੰਦੇ ਨੇ ਵੀ ਜਿਹੜੇ ਸਰੀਰ ਤੇ ਜੇਕਰ ਅਸੀਂ ਲੇਪ ਕਰ ਦਈਏ ਅਲਕੋਹਲ ਦਾ ਜਾਂ ਕਲੋਰੀਨ ਦਾ ਉਹਦੇ ਨਾਲ ਇਹ ਜਿਹੜਾ ਵਾਇਰਸ ਹੈ ਸਾਡੇ ਤੇ ਅਟੈਕ ਨਹੀਂ ਕਰੇਗਾ, ਇਹ ਵੀ ਬਿਲਕੁਲ ਅਫਵਾਹ ਹੈ, ਕਿਉਂਕਿ ਉਹ ਸਾਡੇ ਸਰੀਰ ਦੇ ਜ਼ਰੀਏ ਅੰਦਰ ਨਾ ਜਾ ਕੇ ਨੱਕ ਦੇ ਜ਼ਰੀਏ ਜਾਂ ਮੂੰਹ ਦੇ ਜ਼ਰੀਏ ਜਾਂ ਅੱਖਾਂ ਦੇ ਜ਼ਰੀਏ ਹੀ ਅੰਦਰ ਜਾਂਦਾ। ਤੇ ਕਈ ਲੋਕ ਇਹ ਵੀ ਮਤਲਬ ਇਸ ਤਰ੍ਹਾਂ ਦੀ ਗੱਲ ਵੀ ਫੈਲਾਉਂਦੇ ਆ ਕਿ ਬਿਲਕੁਲ ਲਾ ਇਲਾਜ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਲਾ ਇਲਾਜ ਹੈ। ਜ਼ਿਆਦਾਤਰ ਕੇਸਾਂ ਦੇ ਵਿੱਚ ਸ਼ੁਰੂ ਸ਼ੁਰੂ ਜਦੋਂ ਇਹ ਫੈਲਦਾ ਇਹਨੂੰ ਕਾਫੀ ਹੱਦ ਤੱਕ ਜਿਹੜਾ ਹੈ ਇਹ ਠੀਕ ਕੀਤਾ ਜਾ ਸਕਦਾ। ਤੇ ਅੱਜ ਕੱਲ ਇਸ ਬਾਰੇ ਵੀ ਬਹੁਤ ਕਿਹਾ ਜਾ ਰਿਹਾ ਕਿ ਨਮਕ ਲਗਾ ਕੇ ਜਿਹੜਾ ਪਿਆਜ਼ ਹੁੰਦਾ ਉਹਨੂੰ ਨਮਕ ਲਗਾ ਕੇ ਪਹਿਲਾਂ ਖਾ ਲਓ ਫਿਰ ਉਸ ਤੋਂ ਉੱਪਰ ਪਾਣੀ ਪੀ ਲਓ ਤੇ ਉਹਦੇ ਨਾਲ ਵੀ ਅਸੀਂ ਇਸ ਵਾਇਰਸ ਨੂੰ ਦੂਰ ਭਜਾ ਸਕਦੇ ਹਾਂ। ਸੋ ਇੱਦਾਂ ਦੀ ਵੀ ਕੋਈ ਬਿਲਕੁਲ ਵੀ ਗੱਲ ਨਹੀਂ ਹੈ, ਵਿਗਿਆਨਿਕ ਤੌਰ ਤੇ ਇਸ ਤਰ੍ਹਾਂ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈਗੀ ਕਿ ਇੱਦਾਂ ਕਰਨ ਦੇ ਨਾਲ ਜਿਹੜਾ ਹੈ ਇਸ ਵਾਇਰਸ ਨੂੰ ਦੂਰ ਭਜਾਇਆ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਉਹ ਸਾਡੇ ਆਲੇ ਦੁਆਲੇ ਬਹੁਤ ਫੈਲ ਰਹੀਆਂ ਨੇ, ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ। ਹੁਣੇ ਅਸੀਂ ਕੁਝ ਅਫਵਾਹਾਂ ਦਾ ਜ਼ਿਕਰ ਕੀਤਾ ਹੈ ਵੀ ਜਿਹੜਾ ਅਲੱਗ ਅਲੱਗ ਮੀਡੀਆ ਦੇ ਜ਼ਰੀਏ ਚਾਹੇ ਫੇਸਬੁੱਕ ਚਾਹੇ ਵਟਸਐਪ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਹੈ ਤੇ ਜਿਨ੍ਹਾਂ ਤੇ ਸਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਜਿਹੜੀਆਂ ਅਜਿਹੀਆਂ ਅਫਵਾਹਾਂ ਨੇ ਇਹ ਕੁਝ ਲੋਕ ਘੜਦੇ ਨੇ ਆਪਣੇ ਆਪ ਹੀ ਮਨ ਦੀਆਂ ਜਿਹੜੀਆਂ ਘੜਤਾਂ ਨੇ ਉਹ ਘੜ ਕੇ ਸਾਡੇ ਤੱਕ ਪਹੁੰਚਾਉਂਦੇ ਨੇ। ਉਹਨਾਂ ਦਾ ਕਾਰਨ ਕਈ ਵਾਰ ਤਾਂ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਕਿ ਅਸੀਂ ਇਸ ਤਰ੍ਹਾਂ ਕਰਕੇ ਮਸ਼ਹੂਰ ਹੋ ਜਾਵਾਂਗੇ ਜਾਂ ਸਾਡਾ ਨਾਮ ਮਸ਼ਹੂਰ ਹੋ ਜਾਏਗਾ ਜਾਂ ਅਸੀਂ ਕਿਸੇ ਤਰ੍ਹਾਂ ਸਮਾਜ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਉੱਪਰ ਚੱਕ ਲਾਂਗੇ। ਇਹ ਬਿਲਕੁਲ ਹੀ ਗਲਤ ਧਾਰਨਾਵਾਂ ਨੇ। ਸੋ ਸਾਨੂੰ ਇਹਨਾਂ ਚੀਜ਼ਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਤੇ ਸਾਨੂੰ ਕਰਨਾ ਕੀ ਚਾਹੀਦਾ, ਸਾਨੂੰ ਜੇਕਰ ਇੱਦਾਂ ਦੀ ਕੋਈ ਸਮੱਸਿਆ ਆ ਜਾਵੇ ਸਾਨੂੰ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਣਾ ਚਾਹੀਦਾ। ਤਾਂ ਹੁਣ ਸਵਾਲ ਪੈਦਾ ਹੁੰਦਾ ਕਿ ਕਿਸ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਤੇ ਕਦੋਂ ਜਾਣਾ ਚਾਹੀਦਾ। ਸੋ ਇਸ ਬਾਰੇ ਅਸੀਂ ਹੁਣ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਜੇਕਰ ਕੁਝ ਅਸੀਂ ਲੱਛਣਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਕਿ ਖੰਘ ਹੋ ਗਈ ਜਾਂ ਜ਼ੁਕਾਮ ਹੋ ਗਿਆ ਜਾਂ ਸਾਨੂੰ ਬੁਖਾਰ ਹੋ ਗਿਆ, ਜੇ ਇਸ ਤਰ੍ਹਾਂ ਦੇ ਲੱਛਣ ਸਾਨੂੰ ਦਿਖਾਈ ਦੇ ਰਹੇ ਨੇ ਆਪਣੇ ਆਪ ਤੇ, ਤਾਂ ਇਹਨਾਂ ਨੂੰ ਦੇਖਦੇ ਹੋਏ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ। ਦੂਜਾ, ਜੇਕਰ ਸਾਡਾ ਸੰਬੰਧ ਕਿਸੇ ਅਜਿਹੇ ਵਿਅਕਤੀ ਨਾਲ ਜੋ ਗ੍ਰਸਤ ਹੋਇਆ ਉਹਨਾਂ ਸਾਰੇ ਲੱਛਣਾਂ ਨਾਲ ਜਿਹੜੇ ਅਸੀਂ ਹੁਣੇ ਦੱਸ ਚੁੱਕੇ ਹਾਂ, ਤੇ ਜੇਕਰ ਉਹਨਾਂ ਨਾਲ ਅਸੀਂ ਕਿਸੇ ਤਰ੍ਹਾਂ ਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਿੱਧੇ ਜਾਂ ਅਸਿੱਧੇ ਤੌਰ ਤੇ ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਤੇ ਜੇ ਸੰਪਰਕ ਵਿੱਚ ਆ ਰਹੇ ਹਾਂ ਤਾਂ ਵੀ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ। ਤੀਜੀ ਗੱਲ, ਤੁਹਾਨੂੰ ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਵੀ ਜੇਕਰ ਅਸੀਂ ਕੋਈ ਇਹੋ ਜਿਹੀ ਥਾਂ ਤੇ ਗਏ ਹਾਂ ਜਿੱਥੇ ਪਹਿਲਾਂ ਤੋਂ ਇਸ ਤਰ੍ਹਾਂ ਦੇ ਮਰੀਜ਼ ਆ ਚੁੱਕੇ ਹੈ ਜਾਂ ਉਹ ਕਈ ਚੀਜ਼ਾਂ ਨੂੰ ਛੂਹ ਚੁੱਕੇ ਹੈ ਤੇ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਛੂਹ ਚੁੱਕੇ ਹਾਂ ਤੇ ਜਿਨ੍ਹਾਂ ਨੂੰ ਕਰੋਨਾ ਨਾਂ ਦਾ ਵਾਇਰਸ ਜਿਹੜਾ ਹੈਗਾ ਉਹਨੂੰ ਛੂਹ ਚੁੱਕਿਆ, ਤਾਂ ਵੀ ਸਾਨੂੰ ਡਾਕਟਰ ਕੋਲੇ ਜਾਣਾ ਚਾਹੀਦਾ। ਤੇ ਚੌਥਾ, ਜੇਕਰ ਅਸੀਂ ਕੋਈ ਕਿਸੇ ਤਰ੍ਹਾਂ ਦੀ ਯਾਤਰਾ ਕਰਕੇ ਆਏ ਹੋਈਏ ਬਾਹਰੋਂ ਕਿਸੇ ਹੋਰ ਦੇਸ਼ ਤੋਂ ਭਾਰਤ ਜਾਂ ਭਾਰਤ ਤੋਂ ਕਿਸੇ ਹੋਰ ਦੇਸ਼ 'ਚ ਗਏ ਹੋਈਏ ਤਾਂ ਵੀ ਸਾਨੂੰ ਡਾਕਟਰ ਕੋਲੇ ਜ਼ਰੂਰ ਜਾਣਾ ਚਾਹੀਦਾ ਹੈ ਚੈੱਕਅਪ ਕਰਵਾਉਣ ਲਈ ਕਿ ਕਿਸੇ ਤਰ੍ਹਾਂ ਦਾ ਸਾਨੂੰ ਅਫੈਕਟ ਤਾਂ ਨਹੀਂ ਕੀਤਾ, ਸਾਨੂੰ ਪ੍ਰਭਾਵਿਤ ਤਾਂ ਨਹੀਂ ਕੀਤਾ ਕਰੋਨਾ ਨਾਂ ਦੇ ਵਾਇਰਸ ਨੇ। WHO ਨੇ ਕੁਝ ਕੁ ਸਾਵਧਾਨੀਆਂ ਰੱਖਣ ਲਈ ਸਾਨੂੰ ਕਿਹਾ ਤੇ ਜ਼ਰੂਰੀ ਹੈ ਕਿ ਅਸੀਂ ਉਹ ਸਾਵਧਾਨੀਆਂ ਵਰਤੀਏ। ਤੇ ਨਾਲ ਦੀ ਨਾਲ ਇਹਦੇ ਵਿੱਚ ਮੈਂ ਉਹ ਸਾਰੇ ਪੁਆਇੰਟਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਰਕਾਰ ਨੇ ਵੀ ਸਾਨੂੰ ਕਈ ਗੱਲਾਂ ਕਹੀਆਂ ਨੇ ਕਿ ਅਸੀਂ ਉਹਨਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਚੱਲਣਾ। ਤੇ ਇੱਕ ਤਾਂ ਇਹ ਹੈ ਕਿ ਅਸੀਂ ਵਕਤ ਵਕਤ ਤੇ ਕੁਛ ਦੇਰ ਬਾਅਦ ਆਪਣੇ ਹੱਥ ਸਹੀ ਤਰੀਕੇ ਨਾਲ ਸਾਬਣ ਨਾਲ ਧੋਣੇ ਹੈ ਤੇ ਜਿਸ ਹੱਦ ਤੱਕ ਹੋ ਸਕੇ ਅਸੀਂ ਇੱਕ ਦੂਜੇ ਨਾਲ ਦੂਰੀ ਬਣਾ ਕੇ ਰੱਖਣੀ ਹੈ। ਜੇਕਰ ਸਾਡੇ ਵਿੱਚੋਂ ਕਿਸੇ ਨੂੰ ਵੀ ਖੰਘ ਹੋਵੇ ਜਾਂ ਜ਼ੁਕਾਮ ਹੋਵੇ ਤਾਂ ਕੋਸ਼ਿਸ਼ ਪੂਰੀ ਰੱਖਣੀ ਹੈ ਕਿ ਅਸੀਂ ਇੱਕ ਦੂਜੇ ਨਾਲ ਦੂਰੀ ਬਣਾ ਕੇ ਰੱਖੀਏ ਤੇ ਜੇ ਕੋਈ ਖੰਘ ਆਉਂਦੀ ਹੈ ਜਾਂ ਖਾਂਸੀ ਹੈ ਛਿੱਕ ਹੈ ਤੇ ਅਸੀਂ ਆਪਣੇ ਰੁਮਾਲ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰੀਏ। ਜਿਸ ਹੱਦ ਤੱਕ ਹੋ ਸਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਮੂਹ ਦੇ ਵਿੱਚ ਇਕੱਠੇ ਹੋ ਕੇ ਨਾ ਬੈਠੀਏ, ਅਸੀਂ ਘਰ ਤੋਂ ਬਾਹਰ ਨਾ ਨਿਕਲੀਏ
ਤੇ ਕਿਸੇ ਤਰ੍ਹਾਂ ਦਾ ਕੋਈ ਸਫ਼ਰ ਵੀ ਨਾ ਕਰੀਏ। ਸਾਨੂੰ ਘਰ ਤੋਂ ਨਿਕਲਣਾ ਜੇ ਬਹੁਤ ਜ਼ਿਆਦਾ ਜ਼ਰੂਰੀ ਹੈ, ਜੇਕਰ ਸਾਡੀ ਸਿਹਤ ਠੀਕ ਨਹੀਂ, ਸਾਨੂੰ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਹੈ, ਅਸੀਂ ਤਾਂ ਹੀ ਘਰ ਤੋਂ ਬਾਹਰ ਨਿਕਲੀਏ, ਤੇ ਨਹੀਂ ਸਾਨੂੰ ਘਰ ਤੋਂ ਨਿਕਲਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ਜੇਕਰ ਇਹ ਸਾਡੇ ਲਈ ਜ਼ਰੂਰੀ ਕੀਤਾ ਹੈ, ਇੱਕ ਤਰ੍ਹਾਂ ਦਾ ਪੂਰਾ ਕਰਫਿਊ ਲੱਗਿਆ ਹੋਇਆ ਸਾਰੇ ਪੰਜਾਬ ਚ, ਸਾਡੇ ਭਾਰਤ, ਸਾਰੇ ਭਾਰਤ ਦੇ ਵਿੱਚ, ਤਾਂ ਇਸ ਨੂੰ ਅਸੀਂ ਬਿਲਕੁਲ ਵੀ ਮਜ਼ਾਕ ਦੇ ਵਿੱਚ ਨਾ ਲਈਏ। ਅੱਜ ਕੱਲ ਵਟਸਐਪ ਤੇ ਬਹੁਤ ਤਰ੍ਹਾਂ ਦੇ ਮਜ਼ਾਕ ਵੀ ਬਣ ਰਹੇ ਨੇ, ਚੁਟਕਲੇ ਵੀ ਬਣ ਰਹੇ ਨੇ, ਤੇ ਸਾਡਾ ਇਹ ਸਾਡੇ ਲਈ ਬਹੁਤ ਗਲਤ ਗੱਲ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ, ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਚੀਜ਼ ਹੈ ਤੇ ਸਾਨੂੰ ਉਸ ਚੀਜ਼ ਦਾ ਡਰ ਹੈ, ਤੇ ਅਸੀਂ ਉਸ ਖਤਰੇ ਨੂੰ ਨਾ ਜਾਂਚਦੇ ਹੋਏ, ਨਾ ਸਮਝਦੇ ਹੋਏ ਅਸੀਂ ਉਸ ਚੀਜ਼ ਦਾ ਮਜ਼ਾਕ ਬਣਾ ਰਹੇ ਹਾਂ। ਸਾਨੂੰ ਬਿਲਕੁਲ ਵੀ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਸਗੋਂ ਪੂਰੀ ਤਰ੍ਹਾਂ ਸਰਕਾਰ ਦਾ ਸਾਥ ਦਿੰਦੇ ਹੋਏ, ਡਾਕਟਰ ਦਾ ਸਾਥ ਦਿੰਦੇ ਹੋਏ, ਤੇ ਜਿੰਨੇ ਵੀ ਵਿਗਿਆਨੀ ਇਸ ਖੇਤਰ ਚ ਲੱਗੇ ਹੋਏ ਨੇ ਉਹਨਾਂ ਦਾ ਸਾਥ ਦਿੰਦੇ ਹੋਏ ਅਸੀਂ ਇਸ ਕੋਰੋਨਾ ਵਾਇਰਸ ਤੋਂ ਬਹੁਤ ਦੂਰ ਤਾਂ ਹੀ ਜਾ ਸਕਦੇ ਹਾਂ ਜੇਕਰ ਅਸੀਂ ਲੋਕਾਂ ਤੋਂ ਦੂਰ ਹੋਵਾਂਗੇ, ਤੇ ਜਿੰਨੇ ਵੀ ਸਾਡੇ ਦੋਸਤ ਹੈ, ਮਿੱਤਰ ਹੈ, ਜੇਕਰ ਬਹੁਤ ਜ਼ਰੂਰੀ ਕੋਈ ਗੱਲ ਹੈ ਅਸੀਂ ਫੋਨ ਤੇ ਗੱਲ ਕਰ ਸਕਦੇ ਹਾਂ, ਪਰ ਜਿਸ ਹੱਦ ਤੱਕ ਹੋ ਸਕੇ ਅਸੀਂ ਘਰਾਂ 'ਚ ਹੀ ਰਹੀਏ। WHO ਨੇ ਇਹ ਵੀ ਜ਼ਰੂਰੀ ਕੀਤਾ ਹੈ ਕਿ ਅਸੀਂ ਘਰ ਦਾ ਖਾਣਾ ਖਾਈਏ, ਮਾਸ ਮੱਛੀ ਤੋਂ ਪਰਹੇਜ਼ ਕਰੀਏ ਜਿਸ ਹੱਦ ਤੱਕ ਹੋ ਸਕੇ, ਚਾਹੇ ਕੱਚਾ ਜਾਂ ਪਕਾ ਕੇ ਉਸਨੂੰ ਨਾ ਖਾਈਏ, ਤੇ ਘਰ ਜਿੰਨਾ ਅਸੀਂ ਵੱਧ ਤੋਂ ਵੱਧ ਘਰ ਰਹਿ ਸਕੀਏ, ਕੁਛ ਸਮੇਂ 'ਚ ਇਹ ਜਿਹੜਾ ਵਾਇਰਸ ਹੈ ਆਪਣੇ ਆਪ ਹੀ ਖਤਮ ਹੋ ਜਾਏਗਾ। ਇਹ ਵਾਇਰਸ ਉਦੋਂ ਹੀ ਤਰੱਕੀ ਕਰਦਾ ਜਦੋਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਾਂ, ਤਾਂ ਵਾਇਰਸ ਜਿਹੜਾ ਹੈ ਉਹ ਟ੍ਰਾਂਸਫਰ ਹੋ ਜਾਂਦਾ ਇੱਕ ਥਾਂ ਤੋਂ ਦੂਜੀ ਥਾਂ। ਜੇਕਰ ਅਸੀਂ ਸਾਰੇ ਆਪਣੀ ਆਪਣੀ ਥਾਂ ਤੇ ਆਪਣੇ ਆਪਣੇ ਘਰ ਦੇ ਵਿੱਚ ਬੈਠੇ ਰਹਾਂਗੇ, ਤੇ ਬਹੁਤ ਜਲਦੀ ਜਿਹੜਾ ਹੈ ਇਹ ਕੋਰੋਨਾ ਨਾਂ ਦਾ ਵਾਇਰਸ ਖਤਮ ਹੋ ਜਾਏਗਾ। ਧੰਨਵਾਦ।